ਕੋਰੋਨਾ ਦੀ ਇਸ ਮਹਾਮਾਰੀ ਦੇ ਸਮੇਂ ਅਸੀਂ ਉਹਨਾਂ ਸਾਰੇ ਯੋਧਿਆਂ ਦਾ ਤਹਿ ਦਿਲੋਂ ਸ਼ੁਕਰਗੁਜ਼ਾਰ ਕਰਦੇ ਹਾਂ ਜਿਹੜੇ ਇਸ ਘੜੀ ਦੇ ਵਿੱਚ ਸਾਡੀ ਹਿਫਾਜ਼ਤ ਲਈ ਦਿਨ ਰਾਤ ਕੰਮ ਕਰ ਰਹੇ ਹਨ ਤਾਂ ਜੋ ਅਸੀਂ ਆਰਾਮ ਨਾਲ ਘਰ ਬੈਠੇ ਰਹੀਏ। ਇਹ ਉਹ ਫਰਿਸ਼ਤੇ ਹਨ ਜੋ ਆਪਣੀ ਡਿਊਟੀ ਨੂੰ ਪਹਿਲ ਦੇ ਰਹੇ ਹਨ ਸਾਨੂੰ ਤੇ ਸਾਨੂੰ ਸੁਰੱਖਿਅਤ ਰੱਖਣ ਲਈ ਆਪ ਅਸ ਸੁਰੱਖਿਅਤ ਹੋ ਕੇ ਕੰਮ ਕਰ ਰਹੇ ਹਨ। ਇਹਨਾਂ ਨੂੰ ਆਪਣੇ ਘਰ ਦੀ ਦੇਖਭਾਲ ਤੋਂ ਕਿਤੇ ਜ਼ਿਆਦਾ ਜ਼ਰੂਰੀ ਸਾਡੀ ਦੇਖਭਾਲ ਹੈ ਤੇ ਸਾਡੇ ਦੇਸ਼ ਦੀ ਦੇਖਭਾਲ ਹੈ। ਇਹ ਇਸ ਸਮੇਂ ਘਰ ਰਹਿ ਕੇ ਕੰਮ ਨਹੀਂ ਕਰ ਰਹੇ ਬਲਕਿ ਆਪਣੀ ਜ਼ਿੰਦਗੀ ਦਾ ਤੇ ਲਾ ਕੇ ਦੂਜਿਆਂ ਦੀ ਜ਼ਿੰਦਗੀ ਬਚਾਉਣ ਵਿੱਚ ਲੱਗੇ ਹੋਏ। ਜਿੱਥੇ ਸਾਰੀ ਦੁਨੀਆ ਕੋਰੋਨਾ ਮਹਾਮਾਰੀ ਤੋਂ ਬਚਣ ਲਈ ਘਰ ਬੈਠੀ ਹੈ ਉੱਥੇ ਇਹ ਆਪਣੇ ਪਰਿਵਾਰ ਛੱਡ ਸਾਡੇ ਲਈ ਆਪਣੇ ਆਪਣੇ ਘਰੋਂ ਬਾਹਰ ਹਨ। ਇਹਨਾਂ ਕਰਕੇ ਹੀ ਅਸੀਂ ਅੱਜ ਘਰ ਵਿੱਚ ਸੁਰੱਖਿਅਤ ਹਾਂ। ਇਹਨਾਂ ਕਰਕੇ ਹੀ ਸਾਡੀਆਂ ਗਲੀਆਂ ਅੱਜ ਸਾਫ਼ ਹਨ। ਇਹਨਾਂ ਕਰਕੇ ਹੀ ਸਾਨੂੰ ਖਾਣ ਪੀਣ ਨੂੰ ਮਿਲ ਰਿਹਾ ਹੈ। ਇਹਨਾਂ ਕਰਕੇ ਹੀ ਸਾਨੂੰ ਮੀਡੀਆ ਕਵਰੇਜ ਪ੍ਰਾਪਤ ਹੋ ਰਹੀ ਹੈ। NSS ਕੌਮੀ ਸੇਵਾ ਯੋਜਨਾ ਹੁਸ਼ਿਆਰਪੁਰ ਇਹਨਾਂ ਸਾਰੇ ਯੋਧਿਆਂ ਦਾ ਜਿਨ੍ਹਾਂ ਵਿੱਚ ਸਰਕਾਰਾਂ ਪ੍ਰਬੰਧਕ ਡਾਕਟਰ ਪੈਰਾਮੈਡੀਕਲ ਸਟਾਫ ਪੁਲਿਸ ਫੋਰਸ ਸਾਡੇ ਹੈਲਪਰਸ ਸਵੈਮ ਸੇਵਿਕ ਸੰਸਥਾਵਾਂ ਪੱਤਰਕਾਰ ਵੀਰ ਅਸੀਂ ਸਭ ਤੋਂ ਜ਼ਿਆਦਾ ਉਹਨਾਂ ਲੋਕਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਜਿਹੜੇ ਸਰਕਾਰੀ ਹੁਕਮਾਂ ਦੀ ਪਾਲਣਾ ਕਰਦੇ ਹੋਏ ਕਰ ਰਹੇ ਹਨ। ਕਰ ਦਿਓ ਸੁਰੱਖਿਅਤ ਰਹੋ। ਜੈ ਹਿੰਦ।